ਪੇਂਟਿੰਗਸ ਤੇ ਹੋਰ ਕੋਮਲ ਕਲਾਵਾਂ ਜਿਹੜੀਆਂ ਉਹਨਾਂ ਪ੍ਰਤੀ ਪਿਆਰ ਆ ਜਿਹੜਾ ਉਹ ਪੈਦਾ ਹੋ ਜਾਂਦਾ। ਜਿਵੇਂ ਹੁਣ ਜੇ ਆਪਾਂ ਯੂਰਪ ਨੂੰ ਜਾਈਏ, ਇਟਲੀ ਜਾਈਏ, ਤੇ ਇਟਲੀ ਦੇ ਵਿੱਚ ਜਿਹੜੀ ਜਿਹੜੀ ਉੱਥੋਂ ਦੀ ਕਲਚਰਲ ਮੀਲੀ ਆ, ਜਿਹੜੀ ਪੇਂਟਿੰਗਸ, ਸਕਲਪਚਰ, ਆਰਕੀਟੈਕਚਰ ਜਿਹੜਾ ਬਹੁਤ ਜ਼ਿਆਦਾ ਕਮਾਲ ਦਾ ਵਾ, ਉਹ ਉਸ ਵੇਲੇ ਦਾ ਹੈ ਜਦੋਂ ਉਹਦੇ ਪਿੱਛੇ ਜਿਹੜੀ ਕੰਮ ਕਰ ਰਹੀ ਸ਼ਕਤੀ ਬੇਸਿਕਲੀ ਉਹ ਰੋਮਨ ਐਮਪਾਇਰ ਹੈ, ਕਿਉਂਕਿ ਰੋਮਨ ਐਮਪਾਇਰ ਪੈਦਾ ਹੋਣ ਨਾਲ ਉਹ ਅਮੀਰ ਹੋ ਗਈ ਸੁਸਾਇਟੀ, ਉਸ ਅਮੀਰੀ ਦੇ ਵਿੱਚੋਂ ਉੱਥੋਂ ਕਲਾਕਿਰਤਾਂ ਨਿਕਲੀਆਂ, ਲਿਟਰੇਚਰ ਨਿਕਲਿਆ ਬਹੁਤ ਜ਼ਿਆਦਾ। ਆਪਣੇ ਮੇਰੇ ਖਿਆਲ 'ਚ ਕਿਉਂਕਿ ਪੰਜਾਬ ਦਾ ਇਤਿਹਾਸ ਆ ਜਿਹੜਾ ਉਹ ਇੰਨਾ ਜ਼ਿਆਦਾ ਜਿਵੇਂ ਉਥਲ ਪੁਥਲ ਵਾਲਾ ਰਿਹਾ ਕਿ ਆਪਣੇ ਇੱਕ ਤਾਂ ਪੰਜਾਬੀ ਐਮਪਾਇਰ ਨਹੀਂ ਪੈਦਾ ਹੋਇਆ ਲੰਮੇ ਸਦੀਆਂ ਤੱਕ ਚੱਲਣ ਵਾਲਾ, ਸਿਰਫ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ 40 ਸਾਲ, ਤੇ ਬਾਕੀ ਸਮਾਂ ਜਿਹੜਾ ਉਹ ਬਹੁਤ ਜ਼ਿਆਦਾ ਔਖਾ ਰਿਹਾ। ਉਹਦੇ ਕਰਕੇ ਨਾ ਉਹਨੇ ਕਲਚਰਲ ਸਫਿਸਟੀਕੇਸ਼ਨ ਡਿਵੈਲਪ ਨਹੀਂ ਹੋਈ, ਉਸੇ ਕਰਕੇ ਲਿਟਰੇਚਰ ਜਿਹੜਾ ਉਹ ਵੀ ਉਹਨਾਂ ਡਿਵੈਲਪ ਨਹੀਂ ਹੋਇਆ। ਫਿਲੋਸਫੀ ਤਾਂ ਹਜੇ ਪੈਦਾ ਹੀ ਨਹੀਂ ਹੋਈ ਪੰਜਾਬ 'ਚ, ਫਿਲੋਸਫੀਕਲ ਕਮੈਂਟਰੀ ਹੋਈ ਆ ਪਰ ਫਿਲੋਸਫੀ ਇਟਸੈਲਫ ਨਹੀਂ ਪੈਦਾ ਹੋਈ। ਮੇਰੇ ਖਿਆਲ ਦੇ ਵਿੱਚ ਜਿਹੜਾ ਸਾਡਾ ਰਾਜਨੀਤਿਕ ਸੰਕਟ ਆ, ਜਿਹਦੇ 'ਤੇ ਅਸੀਂ ਇੰਨੀਆਂ ਗੱਲਾਂ ਵੀ ਕਰਦੇ ਹਾਂ, ਜਿਹਦੇ 'ਤੇ ਅਸੀਂ ਇੰਨੀਆਂ ਕਮੈਂਟਰੀ ਸੁਣਦੇ ਹਾਂ ਸਾਰਾ ਦਿਨ, ਖਬਰਾਂ ਚੱਲਦੀਆਂ ਰਹਿੰਦੀਆਂ, ਉਹਨਾਂ ਦੀ ਜਾੜ ਆ ਜਿਹੜੀ ਉਹ ਇਹ ਸੱਭਿਆਚਾਰਕ ਸੰਕਟ ਦੇ ਵਿੱਚ ਵੀ ਆ, ਕਿਉਂਕਿ ਜਿਹੜੀ ਕਲਚਰਲ ਡਿਵੈਲਪਮੈਂਟ ਕਿਸੇ ਕੌਮ ਦੇ ਇਤਿਹਾਸ ਦਾ ਇੱਕ ਅਟੁੱਟ ਅੰਗ ਹੁੰਦੀ ਹੈ ਕੁਦਰਤੀ ਤੌਰ 'ਤੇ, ਉਹ ਕਲਚਰਲ ਡਿਵੈਲਪਮੈਂਟ ਉਹਨੇ ਭਾਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਹੋ ਸਕੀ। ਸੋ ਅੱਜ ਆਪਾਂ ਪ੍ਰੋਫੈਸਰ ਰਣਦੀਪ ਸਿੰਘ ਜਿਨ੍ਹਾਂ ਨੇ ਆਹ ਪੁਸਤਕ ਲਿਖੀ ਹੈ ਦੇਸ਼ ਨਿਕਾਲਾ, ਉਹਨਾਂ ਦੇ ਅਨੁਭਵ ਜਿਹੜੇ ਖਾਸ ਤੌਰ 'ਤੇ ਉਹ ਆਪਣੇ ਨਾਲ ਸਾਂਝੇ ਕਰਨਗੇ। ਇਹਨਾਂ ਦਾ ਇਹਨਾਂ ਨੇ ਜਿਵੇਂ 1980s ਦੇ ਵਿੱਚ ਅਤੇ 90s ਦੇ ਵਿੱਚ ਪੰਜਾਬ ਦੇ ਸਾਹਿਤਕ ਜਿਹੜੇ ਹਲਕੇ ਆ ਉਹਨਾਂ ਨੂੰ ਬਹੁਤ ਨੇੜਿਓਂ ਵੇਖਿਆ, ਅਤੇ ਉਹ ਸਾਹਿਤਕ ਹਲਕਿਆਂ ਦੀ ਸਮੱਸਿਆ ਇਹ ਸੀ ਵੀ ਉਹਨਾਂ ਕੋਲ ਪੰਜਾਬ ਦਾ ਮੌਲਿਕ ਚਿੰਤਨ ਹੈ ਨਹੀਂ ਸੀ। ਇਸੇ ਕਰਕੇ ਜਿਹੜੇ ਪੰਜਾਬੀ ਸਾਹਿਤ ਆ ਜਿਹੜਾ ਉਹਦੇ 'ਤੇ ਇੰਨਾ ਖੱਬੇ ਪੱਖੀ ਰੰਗ ਕਿਉਂ ਚੜਿਆ, ਜਿਹੜਾ ਇਹ ਸਵਾਲ ਬਣਦਾ ਨਾ ਕਰਨਾ, ਉਹਨਾਂ ਖੱਬੇ ਪੱਖੀ ਰੰਗ ਤਾਂ ਜਿਹੜਾ ਉਹ ਰਸ਼ੀਆ ਦੇ ਸਾਹਿਤ 'ਤੇ ਨਹੀਂ ਚੜਿਆ ਜਿੰਨਾ ਪੰਜਾਬ 'ਤੇ ਚੜ ਗਿਆ। ਉਹਦਾ ਕਾਰਨ ਇਹ ਸੀ ਕਿ ਮੌਲਿਕ ਚਿੰਤਨ ਦੀ ਘਾਟ ਸੀ, ਮੌਲਿਕ ਚਿੰਤਨ ਤੋਂ ਕੀ ਭਾਵ ਓਰੀਜਨਲ ਥਿੰਕਿੰਗ, ਮੌਲਿਕ ਚਿੰਤਨ ਤੋਂ ਭਾਵ ਹੈ ਕਿ ਜਿਹੜੇ ਜ਼ਿੰਦਗੀ ਦੇ ਕੁਛ ਮਸਲੇ ਆ ਜਿਹੜੇ ਉਹ ਬੁਨਿਆਦੀ ਮਸਲੇ ਹੁੰਦੇ ਆ, ਹਰ ਥਾਂ 'ਤੇ ਉਹ ਲਾਗੂ ਹੁੰਦੇ ਆ, ਅਫਰੀਕਾ 'ਚ ਵੀ, ਇੱਥੇ ਵੀ, ਆਪਣੇ ਵੀ, ਜਪਾਨ 'ਚ ਵੀ, ਚਾਈਨਾ 'ਚ ਵੀ। ਉਹਨਾਂ ਦੇ ਵਿੱਚੋਂ ਜਿਹੜਾ ਇੱਕ ਬੁਨਿਆਦੀ ਮਸਲਾ ਉਹ ਹੈਗਾ ਟਾਈਮ, ਜਿਵੇਂ ਹੁਣ ਟਾਈਮ ਦਾ ਕੋਨਸੈਪਟ ਆ ਜਿਹੜਾ ਉਹ ਆਪਾਂ ਸੋਚਦੇ ਹਾਂ ਕਿ ਟਾਈਮ ਕੀ ਹੈ, ਵਟ ਇਜ਼ ਟਾਈਮ, ਹਰ ਕੌਮ ਆਪਦੇ ਇਤਿਹਾਸ ਦੇ ਵਿੱਚ ਕਿਤੇ ਨਾ ਕਿਤੇ ਇਹ ਕੁਐਸਚਨ ਪੈਦਾ ਕਰਦੀ ਹੈ ਕਿ ਸਮਾਂ ਹੁੰਦਾ ਕੀ ਹੈ, ਕਾਲ ਕੀ ਹੈ, ਫਿਰ ਉਹ ਕੌਮ ਉਹਦਾ ਉੱਤਰ ਲੱਭਦੀ ਹੈ, ਅਤੇ ਉਹ ਉੱਤਰ ਉਹਦੀ ਫਿਲੋਸਫੀ ਦੇ ਵਿੱਚ, ਉਹਦੀ ਕਵਿਤਾ ਦੇ ਵਿੱਚ, ਉਹਦੇ ਸਾਹਿਤ ਦੇ ਵਿੱਚ ਆ ਜਿਹੜਾ ਨਿਹਿਤ ਹੁੰਦਾ, ਭਾਵੇਂ ਕਿ ਉਹ ਐਕਸਪਲਿਸਿਟਲੀ ਆਰਟੀਕੁਲੇਟ ਨਾ ਕੀਤਾ ਗਿਆ ਉਹਦੇ। ਸੋ ਇਸ ਕਿਤਾਬ ਦਾ ਜਿਹੜਾ ਨਾ, ਇਸ ਕਿਤਾਬ ਦੀ ਖਾਸ ਗੱਲ ਇਹ ਹੈ ਕਿ ਇਹਦੀ ਭੂਮਿਕਾ ਜਿਹੜੀ ਉਹ ਬਹੁਤ ਲੰਮੀ ਹੈ, 54 ਸਦੀ ਦੀ ਭੂਮਿਕਾ, ਅਤੇ ਬਾਕੀ ਰੁਬਾਈਆਂ ਨੇ 100 ਦੇ ਕਰੀਬ। ਉਹ ਜਿਹੜੀ 54 ਸਦੀ ਦੀ ਭੂਮਿਕਾ ਉਹਦੇ ਵੀ ਦੋ ਹਿੱਸੇ ਆ। ਪਹਿਲਾ ਹਿੱਸਾ ਜਿਹੜਾ ਉਹ ਹੈਗਾ ਜ਼ਿਆਦਾਤਰ ਆਈਡੀਆ ਆਫ ਟਾਈਮ ਅਤੇ ਲੈਂਗੁਏਜ, ਉਹਦੇ 'ਤੇ ਫਿਲਸੋਫੀਕਲ ਕਮੈਂਟਰੀ ਹੈ। ਦੂਜਾ ਹਿੱਸਾ ਜਿਹੜਾ ਉਹਦਾ ਨਾਂ ਹੈ ਕਵਿਤਾ ਅਤੇ ਮੇਰਾ ਸਫ਼ਰ, ਉਹਦੇ ਵਿੱਚ ਜਿਹੜਾ ਇਹਨਾਂ ਦਾ ਪਰਸਨਲ ਐਕਸਪੀਰੀਅੰਸ ਸੀ ਅਤੇ ਜਿਹੜਾ ਕਿ ਬਹੁਤ ਹੀ ਪੇਨਫੁੱਲ ਸੀ, ਪੇਨਫੁੱਲ ਕਿਉਂ ਸੀ ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਜਿਹੜੀ ਇੰਟਰੋਡਕਸ਼ਨ ਜਿਹੜੀ ਉਹ ਹੁਣ ਮੈਂ ਦੇਣੀ ਚਾਹੁੰਦਾ। ਪੇਨਫੁੱਲ ਉਹ ਇਸ ਕਰਕੇ ਸੀ ਕਿ ਉਸ ਵੇਲੇ ਜਿਹੜਾ ਪੰਜਾਬ ਦੇ ਉੱਤੇ ਇੱਕ ਬਹੁਤ ਵੱਡੀ ਜ਼ੁਲਮ ਦੀ ਹਨੇਰੀ ਝੁੱਲ ਰਹੀ ਸੀ, ਖਾਸ ਕਰਕੇ ਸਿੱਖਾਂ 'ਤੇ, ਕਿਉਂਕਿ 1984 ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਜਿਹੜਾ ਇੱਕ ਸਾਬਤ ਸੂਰਤ ਸਿੱਖ ਹੈ ਉਹਦੇ ਵਾਸਤੇ ਜਿਹੜਾ ਦੁਨੀਆਂ ਦੇ ਵਿੱਚ ਵਿਚਰਨਾ ਨਾ, ਉਹੀ ਖਤਰਾ ਬਣ ਗਿਆ ਸੀ, ਕਿਉਂਕਿ ਪੁਲਿਸ ਜਿਹੜੀ ਹੁਣ ਜਿਵੇਂ ਇੱਕ ਮੈਂ ਪੰਜਾਬ ਯੂਨੀਵਰਸਿਟੀ ਜਦੋਂ ਫਿਲੋਸਫੀ ਦੀ MA ਕਰਦਾ ਸੀ, ਮੇਰੇ ਨਾਲ ਇੱਕ ਮੇਰਾ ਕਲਾਸਮੇਟ ਸੀਗਾ ਅਤੇ ਉਹਦਾ ਦਾਅਵਾ ਬਹੁਤ ਜ਼ਿਆਦਾ ਲੰਮਾ ਸੀ ਅਤੇ ਭਰਮਾ ਸੀ, ਅਤੇ ਉਹਨੇ ਮੈਨੂੰ ਇੱਕ ਵਾਰੀ ਗੱਲ ਸੁਣਾਈ, ਉਹ ਕਹਿੰਦਾ ਮੈਂ ਇੱਕ ਵਾਰੀ ਤੁਰਿਆ ਜਾਵਾਂ ਬਠਿੰਡੇ
ਤੇ ਉੱਥੇ ਪੁਲਿਸ ਦੀ ਜਿਪਸੀ ਖੜੀ ਸੀ ਤੇ ਉਹ ਜਦੋਂ ਜਿਪਸੀ ਆਦਾ ਤੇ ਉਹ ਸੁਧਾਰਨ ਸਟੂਡੈਂਟ ਸੀ ਕਿਸੇ ਪੋਲੀਟੀਕਲ ਐਕਟੀਵਿਟੀ ਨਾਲ ਉਹਦਾ ਕੋਈ ਇਲਾਕਾ ਦੇਖਦਾ ਨਹੀਂ ਬਸ ਉਹ ਪੱਗ ਬੰਨਦਾ ਸੀ ਤੇ ਗਾੜੀ ਰੱਖੀ ਸੀ ਕਹਿੰਦੇ ਜਦੋਂ ਮੈਂ ਪੁਲਿਸ ਦੀ ਜਿਪਸੀ ਕੋਲ ਦੀ ਲੰਘਿਆ ਤੁਰ ਕੇ ਨਾ ਨਾ ਉਹਨਾਂ ਲਈ ਵੇਖਿਆ ਨਾ ਉਹਨਾਂ ਨੂੰ ਕੁਛ ਕਿਹਾ ਤੇ ਪੁਲਿਸ ਵਾਲੇ ਉਹਨੂੰ ਕਹਿੰਦੇ ਕਹਿੰਦੇ ਬੜੀ ਦਾੜੀ ਖੁੱਲੀ ਛੱਡੀ ਆ ਤੇਰੇ ਅਰਗਿਆਂ ਨੂੰ ਅਸੀਂ ਚੱਕ ਕੇ ਲੈ ਜਾਂਦੇ ਹੁੰਦੇ ਸੋ ਇਹ ਆਮ ਐਕਸਪੀਰੀਅੰਸ ਸੀ ਤੇ ਇਸ ਐਕਸਪੀਰੀਅੰਸ ਨੂੰ ਜਿਹੜਾ ਪੰਜਾਬ ਦਾ ਸਾਡਾ ਖੱਬੇ ਪੱਖੀ ਬੁੱਧੀਜੀਵੀ ਤੇ ਸਾਹਿਤਕਾਰ ਸੀ ਉਹਨੇ ਬਹੁਤ ਬੇਦਰਦੀ ਨਾਲ ਇਹਨੂੰ ਇਗਨੋਰ ਕੀਤਾ ਇਗਨੋਰ ਹੀ ਨਹੀਂ ਕੀਤਾ ਸਗੋਂ ਸਟੇਟ ਦੇ ਨਾਲ ਹੀ ਖੜ ਗਏ ਕਿ ਇਹ ਇਹ ਜਿਹੜਾ ਜ਼ੁਲਮ ਹੈ ਇਹ ਜਾਇਜ਼ ਹੀ ਹੋ ਰਿਹਾ ਸਿੱਖਾਂ ਇਹ ਇਹ ਗੱਲ ਉਹਨਾਂ ਨੇ ਆਪਦੀਆਂ ਲਿਖਤਾਂ ਦੇ ਰਾਹੀਂ ਉਹਨਾਂ ਚੋਂ ਬਹੁਤਿਆਂ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਇਸ ਉਲਝੇਵੇਂ ਨੇ ਜਿਹੜੀ ਗੱਲ ਹੁਣ ਆਪਾਂ ਪਿਛਲੇ ਸਾਲ ਡੇਢ ਸੌ ਸਾਲ ਦੇ ਵਿੱਚ ਇੱਕ ਪੰਜਾਬ ਦੇ ਯੂਥ ਨੇ ਇੱਕ ਗੱਲ ਬੜੀ ਵੱਡੀ ਰੀਅਲਾਈਜ਼ ਕੀਤੀ ਹੈ ਉਹ ਇਹ ਹੈ ਵੀ ਅਸਲ ਦੇ ਵਿੱਚ ਸਾਰੀ ਦੀ ਸਾਰੀ ਪੋਲੀਟੀਕਲ ਲੜਾਈ ਹੈ ਜਿਹੜੀ ਉਹ ਨੈਰੇਟਿਵ ਦੀ ਲੜਾਈ ਹੁੰਦੀ ਹੈ ਉਹ ਬਿਰਤਾਂਤ ਦੀ ਲੜਾਈ ਹੁੰਦੀ ਤੇ 1984 ਤੋਂ ਬਾਅਦ ਜੋ ਕੁਛ ਪੰਜਾਬ ਦੇ ਵਿੱਚ ਹੋਇਆ ਉਹਦੇ 'ਚ ਜਿਹੜੀ ਸਰੀਰਕ ਰੂਪੀ ਹਿੰਸਾ ਸੀ ਜਿਹੜਾ ਖਾਸ ਕਰਕੇ ਜਿਹੜੇ ਬੰਦੇ ਪੋਲੀਟੀਕਲ ਥੋੜ੍ਹਾ ਜਿਹਾ ਧਿਆਨ ਰੱਖਦੇ ਆ ਪੰਜਾਬ ਦੇ ਪੋਲੀਟਿਕਸ 'ਤੇ ਉਹਨਾਂ ਨੂੰ ਪਤਾ ਹੋਊਗਾ ਵੀ ਪੰਜਾਬ ਦੇ ਵਿੱਚ ਨਾ ਥਾਂ ਥਾਂ 'ਤੇ ਸੈਂਟਰ ਖੁੱਲ੍ਹੇ ਹੋਏ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ ਪੁਲਿਸ ਵੱਲੋਂ ਇੰਟੈਰੋਗੇਸ਼ਨ ਸੈਂਟਰਸ ਇੰਟੈਰੋਗੇਸ਼ਨ ਸੈਂਟਰਸ ਕੀ ਸੀਗੇ ਵੀ ਜਿੱਥੇ ਉਹ ਕਿਸੇ ਨੂੰ ਫੜ ਲੈਂਦੇ ਸੀ ਜਦੋਂ ਕਿਸੇ ਵੀ ਖੜਕੂ ਸਿੰਘ ਨੂੰ ਜਾਂ ਉਹਨਾਂ ਦੇ ਜਾਣਕਾਰਾਂ ਨੂੰ ਜਾਂ ਕਿਸੇ ਨੂੰ ਵੀ ਸ਼ੱਕ 'ਚ ਵੀ ਫੜ ਲੈਂਦੇ ਸੀ ਉਹ ਉਹਨਾਂ ਇੰਟੈਰੋਗੇਸ਼ਨ ਸੈਂਟਰਾਂ 'ਚ ਲੈ ਜਾਂਦੇ ਸੀ ਉਹਨਾਂ ਨੂੰ ਅਤੇ ਇੰਟੈਰੋਗੇਸ਼ਨ ਸੈਂਟਰਾਂ ਦੇ ਵਿੱਚ ਉਹਨਾਂ 'ਤੇ ਬਹੁਤ ਜ਼ਿਆਦਾ ਬੁਰੇ ਤਰੀਕੇ ਦਾ ਤਸ਼ੱਦਦ ਹੁੰਦਾ ਸੀਗਾ ਜਿਵੇਂ ਜਿਵੇਂ ਇੱਕ ਦੋ ਤਾਂ ਜਿਹੜੀ ਆ ਮੈਂ ਆਈ ਵਿਟਨੈਸ ਅਕਾਊਂਟ ਜਿਹੜੇ ਮੈਂ ਸੁਣੇ ਆ ਆਪ ਉਹ ਤੁਹਾਨੂੰ ਮੈਂ ਦੱਸਦਾ ਬਈ ਇੱਕ ਥਾਂ 'ਤੇ ਉਹਨਾਂ ਨੇ ਕੀ ਕੀਤਾ ਬਈ ਕੋਈ ਸਿੰਘ ਫੜੇ ਹੋਏ ਸੀ ਅਤੇ ਉਹਨਾਂ ਨੂੰ ਪੁੱਠੇ ਟੰਗ ਕੇ ਅਤੇ ਉਹਨਾਂ ਦੇ ਥੱਲੇ ਹੀਟਰ ਪਾ ਦਿੱਤਾ ਹੁਣ ਹੀਟਰ ਨਾਲ ਕੀ ਹੋਣਾ ਵੀ ਉਹ ਸੇਕ ਆ ਉਹ ਸਿਰ ਨੂੰ ਚੜ੍ਹੀ ਜਾਣਾ ਅਤੇ ਉਹ ਬੰਦੇ ਨੇ ਜਿਹਨੇ ਵੇਖਿਆ ਅਤੇ ਜਿਹਨੇ ਮੈਨੂੰ ਆਪ ਗੱਲ ਸੁਣਾਈ ਉਹ ਕਹਿੰਦਾ ਵੀ ਇਹ ਚਰਬੀ ਪਿਘਲ ਪਿਘਲ ਕੇ ਹੌਲੀ ਹੌਲੀ ਪਿਘਲ ਪਿਘਲ ਕੇ ਸਿਰ ਦੀ ਚਰਬੀ ਥੱਲੇ ਡਿੱਗੀ ਜਾਂਦੀ ਸੀ ਹੀਟਰ ਦੇ ਉੱਤੇ ਅਤੇ ਸੜੀ ਜਾਂਦੀ ਸੀ ਅਤੇ ਉਹ ਕੀ ਕਰਦੇ ਸੀ ਵੀ ਉਹ ਇਸ ਕਰਕੇ ਨਹੀਂ ਸੀ ਕਰਦੇ ਵੀ ਜਿਹੜੇ ਬੰਦੇ ਨਾਲ ਅਸੀਂ ਕਰ ਰਹੇ ਆ ਉਹਦੇ ਤੋਂ ਉਹਨਾਂ ਨੇ ਕੁਛ ਪੁੱਛਣਾ ਉਹ ਬੇਸਿਕਲੀ ਜਿਹੜੇ ਹੋਰ ਬੰਦਿਆਂ ਨੂੰ ਫੜ ਕੇ ਲਿਆਉਂਦੇ ਸੀ ਉਹਨਾਂ ਨੂੰ ਵਿਖਾਉਂਦੇ ਸੀ ਵੀ ਤੁਹਾਡੇ ਨਾਲ ਆਈ ਹੋਊਗੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਇੱਕ ਪੱਖ ਤਾਂ ਇਹ ਸੀਗਾ ਜਿਹੜਾ ਫਿਜ਼ੀਕਲ ਵਾਇਲੈਂਸ ਅਤੇ ਇੱਕ ਪੱਖ ਸੀਗਾ ਜਿਹੜਾ ਕਿ ਇਸ ਕਿਤਾਬ ਦੇ ਵਿੱਚ ਬਹੁਤ ਭਰਵੇਂ ਰੂਪ ਦੇ ਵਿੱਚ ਇਹਦੀ ਗੱਲ ਕੀਤੀ ਗਈ ਹੈ ਜਿਹੜੀ ਬਿਰਤਾਂਤਕ ਹਿੰਸਾ ਜਿਹੜੀ ਨੈਰੇਟਿਵ ਦੀ ਵਾਇਲੈਂਸ ਜਿਹੜੀ ਜ਼ਿਆਦਾਤਰ ਜਿਹੜੇ ਉਹ ਸਾਡੇ ਕਲਮਾਂ ਚਲਾਉਣ ਵਾਲੇ ਲੋਕ ਆ ਜਿਹੜੇ ਉਹਨਾਂ ਨੇ ਕੀਤੀ ਅਤੇ ਉਹ ਹਿੰਸਾ ਵੀ ਜਿਹੜੀ ਆ ਮੈਂ ਤੁਹਾਨੂੰ ਘਟਨਾ ਸੁਣਾਈ ਹੈ ਇਹਦੇ ਤੋਂ ਘੱਟ ਨਹੀਂ ਸੀ ਕਿਉਂਕਿ ਉਹਨਾਂ ਨੇ ਜੀ ਜਿਹੜਾ ਇੱਕ ਕਿਸਮ ਦਾ ਜਲਾਦ ਵਾਲਾ ਰੋਲ ਆ ਜਿਹੜਾ ਇੱਕ ਉਸ ਵੇਲੇ ਸਿਕਿਉਰਿਟੀ ਆਪਰੇਟਰਸ ਇੰਡੀਆ ਦਾ ਨਿਭਾ ਰਿਹਾ ਸੀਗਾ ਅਤੇ ਉਹ ਕਲਮ ਦੇ ਰਾਹੀਂ ਵੀ ਕੁਛ ਜਲਾਦਗਿਰੀ ਵਾਲਾ ਕੰਮ ਕਰ ਰਹੇ ਸੀਗੇ ਬੰਦੇ ਹੁਣ ਇਹ ਸਾਰੀ ਦੀ ਸਾਰੀ ਗੱਲ ਨੇ ਜਿਹੜਾ ਸੰਕਟ ਪੈਦਾ ਕੀਤਾ ਪੰਜਾਬ ਦੇ ਵਿੱਚ ਕਿ ਪੰਜਾਬ ਦੀ ਪੇਨ ਆ ਜਿਹੜੀ ਉਹ ਆਰਟੀਕੁਲੇਟ ਨਹੀਂ ਹੋਈ ਕਲਾ ਰਾਹੀਂ ਸਾਹਿਤ ਰਾਹੀਂ ਫਿਲੋਸਫੀ ਰਾਹੀਂ ਅਤੇ ਜਦੋਂ ਸਾਡੀ ਪੀੜ ਨੂੰ ਜ਼ਬਾਨ ਨਹੀਂ ਨਾ ਮਿਲਦੀ ਜਦੋਂ ਆਪਾਂ ਉਹਨੂੰ ਬੋਲ ਨਹੀਂ ਸਕਦੇ ਉਦੋਂ ਫਿਰ ਉਹ ਪੀੜ ਆ ਜਿਹੜੀ ਉਹ ਬਹੁਤ ਸਾਰੇ ਮਾਨਸਿਕ ਵਿਕਾਰਾਂ ਦਾ ਕਾਰਨ ਬਣ ਜਾਂਦੀ ਹੈ ਉਹ ਫਿਰ ਮਨ ਦੇ ਵਿੱਚ ਨਾ ਵਿਗਾੜ ਪੈਦਾ ਕਰ ਦਿੰਦੀ ਹੈ ਸੋ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਕਿਸੇ ਕੌਮ ਦਾ ਸੰਘਰਸ਼ ਚੱਲ ਰਿਹਾ ਹੁੰਦਾ ਉਦੋਂ ਉਹਦੀ ਪੀੜ ਆ ਜਿਹੜੀ ਉਹ ਕਵਿਤਾ ਰਾਹੀਂ ਆਰਟ ਰਾਹੀਂ ਫਲਸਫੇ ਰਾਹੀਂ ਆਰਟੀਕੁਲੇਟ ਹੋ ਗਈ ਅਤੇ ਇਹੀ ਕਵਿਤਾ ਦਾ ਮੇਰੇ ਖਿਆਲ 'ਚ ਫੰਕਸ਼ਨ ਹੈ ਸੋ ਮੈਂ ਮੇਰੇ ਖਿਆਲ ਦੇ ਵਿੱਚ ਇੰਨੀਆਂ ਕੁ ਬੇਨਤੀਆਂ ਜਿਹੜੀਆਂ ਉਹ ਮੈਂ ਕਰਕੇ ਇਜਾਜ਼ਤ ਲੈਂਦਾ ਅਤੇ ਮੈਂ ਹੁਣ ਪ੍ਰੋਫੈਸਰ ਰਣਦੀਪ ਸਿੰਘ ਜਿਹੜੇ ਆਪਣੇ ਕੋਲ ਉਚੇਚੇ ਤੌਰ 'ਤੇ ਆਏ ਆ ਕੈਲੀਫੋਰਨੀਆ ਤੋਂ ਅਤੇ ਮੈਂ ਬੇਨਤੀ ਕਰਦਾ ਭਾਈ ਭੁਪਿੰਦਰ ਸਿੰਘ ਜੀ ਨੂੰ ਉਹ ਇਹਨਾਂ ਨੂੰ ਇੰਟਰੋਡਿਊਸ ਕਰਾਉਣੇ ਸਭ ਤੋਂ ਪਹਿਲਾਂ ਜੀ
ਗੁਰੂ ਗੁਰੂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰਨਾ ਜੀ ਪਿਆਰ ਸਤਿਕਾਰ ਨਾਲ ਆਪੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਆਪ ਜੀ ਨੇ ਸਰਵਨ ਕੀਤਾ ਹੈ ਕਿ ਅਮਰੀਕਾ ਤੋਂ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ, ਪੰਥ ਦੇ ਮਹਾਨ ਲੇਖਕ, ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਭ ਸ਼ਰਨਦੀਪ ਸਿੰਘ ਜੀ ਪਹੁੰਚੇ ਹਨ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਸਮੂਹੀ ਸੰਗਤਾਂ ਵੱਲੋਂ ਇਹਨਾਂ ਨੂੰ ਜੀਵ ਆਇਆ ਆਉਂਦੇ ਹਾਂ, ਨਾਲ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਹੋ, ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰ ਲਈ ਪਹੁੰਚੇ ਹਨ। ਸੋ ਨਾਲ ਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਵੀ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਕਰਨ, ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਹੀ ਪੰਜਾਬ ਦੇ ਲਈ ਅਤੇ ਪੰਥ ਦੇ ਲਈ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਰਹਿਣ। ਸੋ ਆਪ ਸੰਗਤਾਂ ਨੂੰ ਸਭ ਨੂੰ ਜੀਓ ਆਇਆ, ਆਪ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਆਪ ਸਭ ਦਾ ਇੱਥੇ ਪਹੁੰਚਣਾ ਇਹ ਦਰਸਾਉਂਦਾ ਕਿ ਕਿਤਨਾ ਕਿਤੇ ਸਾਡੇ ਵੀ ਮਨ ਦੇ ਅੰਦਰ ਪੰਜਾਬ ਪ੍ਰਤੀ, ਪੰਥ ਪ੍ਰਤੀ ਅਸੀਂ ਤਰਤਰਾ ਹੀ ਬੈਠੇ ਹਾਂ, ਕਿਉਂਕਿ ਨਹੀਂ ਤਾਂ ਅਨੇਕਾਂ ਹੀ ਦੁਨੀਆ ਖਾਸ ਕਰਕੇ ਲੱਖਾਂ ਦੀ ਤਾਦਾਦ ਦੇ ਵਿੱਚ ਸਰੀ ਤੌਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਇੱਥੇ ਲੋਕ ਵੱਸ ਰਹੇ ਹਨ, ਪਰ ਕਿੰਨੇ ਕੁ ਲੋਕ ਇੱਥੇ ਪਹੁੰਚੇ ਹਨ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਕਿੰਨੇ ਕੁ ਲੋਕ ਪੰਥ ਦੇ ਪ੍ਰਤੀ ਦਰਦ ਰੱਖਦੇ ਹਨ। ਹੋ ਸਕਦਾ ਹਾਂ ਕੁਝ ਅਜਿਹਿਆਂ ਕਰਕੇ ਨਾ ਆ ਸਕੇ ਹੁਣ, ਪਰ ਮੇਰੇ ਖਿਆਲ ਦੇ ਵਿੱਚ ਇੱਥੇ ਜਿਹੜੀ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਪਹੁੰਚਣੀ ਚਾਹੀਦੀ ਸੀ, ਕਿਉਂਕਿ ਇਹ ਸੁਨੇਹਾ ਕਾਫੀ ਚਿਰ ਪਹਿਲਾਂ ਬਾਹਰ ਪਹੁੰਚ ਚੁੱਕਾ ਸੀ ਕਿ ਭਾਈ ਸਾਹਿਬ ਜੀ ਪਹੁੰਚ ਰਹੇ ਹਨ। ਖੈਰ, ਸੋ ਭਾਈ ਸਾਹਿਬ ਜੀ ਆਪਣੇ ਨਾਲ ਜੋ ਪੰਥਕ ਵਿਚਾਰਾਂ ਸਾਂਝੀਆਂ ਕਰਨਗੇ, ਪਿਛਲੇ ਲੰਮੇ ਸਮੇਂ ਤੋਂ ਭਾਈ ਸਾਹਿਬ ਜੀ ਦੇ ਨਾਲ ਹੀ ਇਹਨਾਂ ਦੇ ਭਰਾਤਾ ਜੀ ਭਾਈ ਸਾਹਿਬ ਭਾਈ ਪ੍ਰਭ ਸ਼ਰਨਵੀਰ ਸਿੰਘ ਜੀ, ਪਿਛਲੇ ਲੰਬੇ ਸਮੇਂ ਤੋਂ ਜਦੋਂ ਵੀ ਕੋਈ ਪੰਥ ਨੂੰ ਚੁਣੌਤੀ ਆਉਂਦੀ ਹੈ, ਆਪਾਂ ਇਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਜੋ ਵੀ ਆਪਣੇ ਇੰਟਰਨੈਟ ਜਾਂ ਹੋਰ ਮਾਧਿਅਮ ਹਨ ਉਹਨਾਂ ਰਾਹੀਂ ਆਪਾਂ ਇਹਨਾਂ ਨੂੰ ਸਰਵ ਕਰਦੇ ਹਾਂ, ਔਰ ਬਹੁਤ ਜੋ ਆਪਣੇ ਮਤਲਬ ਵਿਦਵਾਨ ਹਨ ਔਰ ਬਹੁਤ ਸੋਹਣੇ ਸੁਚੱਜੇ ਢੰਗ ਦੇ ਨਾਲ ਜੋ ਪੰਥ ਨੂੰ ਚੁਣੌਤੀਆਂ ਆਉਂਦੀਆਂ ਔਰ ਉਹਨਾਂ ਦੀ ਕੀ ਗੰਭੀਰਤਾ ਹੁੰਦੀ ਹੈ, ਬਹੁਤ ਗੰਭੀਰਤਾ ਦੇ ਨਾਲ ਇਹ ਉਹਨਾਂ ਦਾ ਅਧਿਐਨ ਕਰਦੇ ਹਨ। ਸੋ ਉਹ ਸਾਡੇ ਕੋਲ ਪਹੁੰਚੇ ਹਨ, ਇੱਕ ਵਾਰ ਫਿਰ ਅਸੀਂ ਇਹਨਾਂ ਨੂੰ ਜੀਓ ਆਇਆ ਆਖਦੇ ਹਾਂ, ਔਰ ਨਾਲ ਹੀ ਭਾਈ ਸਾਹਿਬ ਨੂੰ ਪਹਿਲਾਂ ਵੀ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਚਲੋ ਗੁਰੂ ਸਾਹਿਬ ਜੀ ਨੇ ਰਹਿਮਤ ਕਰ ਦਿੱਤੀ ਹੈ, ਹੁਣ ਕਨੇਡਾ ਆ ਜਾ ਸਕਦੇ ਹਨ। ਸੋ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਬੇਨਤੀ ਕਰਾਂਗੇ ਕਿ ਜਦੋਂ ਵੀ ਇਹਨਾਂ ਕੋਲ ਸਮਾਂ ਬਣਦਾ ਹੈ, ਛੇਤੀ ਤੋਂ ਛੇਤੀ ਜਲਦ ਤੋਂ ਜਲਦ ਸਮਾਂ ਥੋੜ੍ਹੇ ਸਮੇਂ ਬਾਅਦ ਟੂਰ ਕੱਢ ਲਿਆ ਕਰਨ, ਔਰ ਨਾਲ ਸੰਗਤਾਂ ਦੇ ਵਿਚਾਰ ਵਿਚਾਰਾਂ ਦਾ ਜਿਹੜਾ ਹੁੰਦਾ ਰਹੇ। ਦੂਸਰੀ ਗੱਲ ਜਿਹੜੀ ਭਾਈ ਪ੍ਰਭ ਸ਼ਰਨਵੀਰ ਸਿੰਘ ਜੀ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਇੱਥੇ ਆਪਾਂ ਜਿਹੜੇ ਡਿਸਕਸ਼ਨ ਸ਼ੁਰੂ ਕੀਤੇ ਸੀਗੇ ਕੁਝ ਕਾਰਨਾਂ ਕਰਕੇ ਹੁਣ ਨਹੀਂ ਲਗਾਤਾਰ ਜਾਰੀ ਰਹਿ ਸਕੇ, ਪਰ ਦੁਬਾਰਾ ਫਿਰ ਉਹ ਚਲੋ ਵੀ ਅਨਾਊਂਸ ਕੀਤਾ ਵੀ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਇਹ ਵੀ ਇੱਕ ਬਹੁਤ ਵਧੀਆ ਗੱਲ ਹੈ, ਕਿਉਂਕਿ ਵਿਚਾਰ ਹਮੇਸ਼ਾ ਬੈਠ ਕੇ ਹੋਣਾ ਚਾਹੀਦਾ, ਵਿਚਾਰ ਦੇ ਵਿੱਚੋਂ ਕੁਝ ਨਾ ਕੁਝ ਹੱਲ ਨਿਕਲਦਾ ਹੈ। ਸੋ ਹੁਣ ਆਪਣੇ ਨਾਲ ਉਹ ਜੋ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ, ਇੱਕ ਘੰਟਾ ਪਹਿਲਾਂ ਜਿਹੜਾ ਉਹਨਾਂ ਦਾ ਲੈਕਚਰ ਹੋਵੇਗਾ, ਉਸ ਤੋਂ ਉਪਰੰਤ ਜੋ ਤਕਰੀਬਨ ਘੰਟਾ ਡੇਢ ਘੰਟਾ ਜਿਹੜੇ ਆਪਣੇ ਸਵਾਲ ਜਵਾਬ ਹੋਣਗੇ, ਕਿਸੇ ਦਾ ਵੀ ਕੋਈ ਸਵਾਲ ਹੈ ਉਹਨਾਂ ਦਾ ਜਵਾਬ ਉਹ ਦੇਣਗੇ, ਤਕਰੀਬਨ ਢਾਈ ਕੁ ਘੰਟੇ ਦਾ ਜਿਹੜਾ ਕੁੱਲ ਆਪਣਾ ਪ੍ਰੋਗਰਾਮ ਹੋਵੇਗਾ। ਸੋ ਨਾਲ ਜਿਹੜੀ ਕਿਤਾਬ ਭਾਈ ਸਾਹਿਬ ਜੀ ਨੇ ਦਿਖਾਈ ਹੈ ਦੇਸ਼ ਨਕਾਲਾ, ਜੋ ਇਹਨੇ ਪਿਛਲੇ ਸਮੇਂ ਦੇ ਵਿੱਚ ਲਿਖੀ ਹੈ, ਉਹ ਵੀ ਨਾਲ ਇੱਥੇ ਆਪਣੇ ਕੋਲ ਹੈਗੀ ਹੈ, ਉਹ ਵੀ ਅਜੇ ਚਰਬੀਤ ਪਿਛਲੇ ਸਮੇਂ ਚਲੋ ਹੋ ਚੁੱਕੀ, ਇੱਥੇ ਸਰੀ ਦੇ ਵਿੱਚ ਆਪਾਂ ਜਰਬੀਤ ਕਰਾਂਗੇ।